ਜੈ ਸ਼੍ਰੀ ਰਾਮ ਸਾਰੇ ਮੇਰੇ ਭੈਣ ਭਰਾਵਾਂ ਨੂੰ ਜਿਹੜੇ ਮੇਰੀ ਵੀਡੀਓ ਨੂੰ ਦੇਖਦੇ ਆ, ਲਾਈਕ ਕਮੈਂਟ ਕਰਦੇ ਆ ਨਾ, ਤਾਂ ਉਹਨਾਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਰਾਮ। ਸਾਰੇ ਮੇਰੇ ਭਰਾਵਾਂ ਨੂੰ ਜਿਹੜੇ ਨਹੀਂ ਦੇਖਦੇ ਉਹਨਾਂ ਨੂੰ ਵੀ ਜੈ ਸ਼੍ਰੀ ਰਾਮ। ਅੱਜ ਮੈਂ ਆਪਣੀ ਜਿੱਥੇ ਮੈਂ ਵਰਕਆਊਟ ਕਰਨ ਹੁੰਦਾ ਮੈਂ ਉਹੀ ਜਗ੍ਹਾ ਤੁਹਾਨੂੰ ਦੱਸਾਂਗਾ, ਤਾਂ ਤੁਸੀਂ ਵੀ ਵਰਕਆਊਟ ਕਰੋ, ਆਪਣੇ ਹਿੰਦੁਸਤਾਨ ਦੀ ਅੱਗੇ ਵਧਾਓ, ਕਿ ਕੋਈ ਨਸ਼ੇ ਮਨੁਸ਼ਿਆਂ ਕੋਲੋਂ ਬਚੋ, ਕਿ ਆਪਣਾ ਵਰਕਆਊਟ ਆਪਣੀ ਸਿਹਤ ਠੀਕ ਠਾਕ ਰੱਖੋ ਗਾਈਜ਼, ਅਤੇ ਆਪਣਾ ਹਿੰਦੁਸਤਾਨ ਮਹਾਨ ਬਣਾਓ ਗਾਈਜ਼। ਮੈਂ ਤੁਹਾਨੂੰ ਆਪਣੀ ਵਰਕਆਊਟ ਜਗ੍ਹਾ ਦੱਸਣਾ ਕਿੱਥੇ ਮੈਂ ਵਰਕਆਊਟ ਕਰਨਾ, ਅਤੇ ਹੋਰ ਗਾਈਜ਼ ਅੱਜ ਮੈਂ ਤੁਹਾਨੂੰ ਸਾਰੀ ਜਗ੍ਹਾ ਦੱਸਣਾ, ਠੀਕ ਹੈ ਗਾਈਜ਼। ਅਸੀਂ ਪੁੱਜ ਕੇ ਹਾਂ ਕੋਠੇ 'ਤੇ, ਅਤੇ ਗਾਈਜ਼ ਅਸੀਂ ਇੱਥੇ ਕਰਨੇ ਹਾਂ ਵਰਕਆਊਟ, ਅਤੇ ਗਾਈਜ਼ ਸਾਡਾ ਦੇਸੀ ਵਰਕਆਊਟ ਹੈ ਗਾਈਜ਼। ਜੋ ਬੋਲਦਾ ਕਿ ਦੇਸੀ ਵਰਕਆਊਟ ਨਾਲ ਜਾਨ ਨਹੀਂ ਬਣਦੀ ਹੈ, ਪਰ ਗਾਈਜ਼ ਬਣ ਜਾਂਦੀ ਹੈ, ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਗਾਈਜ਼। ਆਪਣਾ ਇਹ ਸਮਾਨ ਬਣਾ ਕੇ ਰੱਖੋ, ਅਤੇ ਗਾਈਜ਼ ਇਹ ਆਪਣੇ ਡੰਬਲ ਡੁੰਬਲ ਮਿਲਾ ਕੇ ਰੱਖੋ ਗਾਈਜ਼। ਇਹ ਮੇਰਾ ਲੱਕੜ ਦਾ ਬੋਲਦੇ ਸੀ ਜੋ ਵੀ ਬੋਲਦੇ ਨਾ, ਅਤੇ ਇਹ ਹੈ ਸਾਡਾ ਉਹ ਟੂਲ ਜਿੱਤੇ ਬਹਿਨੇ ਬਹਿ ਕੇ ਡੰਡ ਡੁੰਡ ਮਾਰੀ ਦੇ ਜਾਂ ਡੰਬਲ ਡੁੰਬਲ ਮਾਰੀ ਦੇ। ਅਤੇ ਗਾਈਜ਼ ਇਹ ਤੁਹਾਨੂੰ ਦੱਸਤਾ ਗਾਈਜ਼, ਅੱਗੇ ਮੈਂ ਤੁਹਾਨੂੰ ਵੀਡੀਓ ਦੱਸਣਾ ਕਿ ਮੈਂ ਜਿੱਥੇ ਵਰਕਆਊਟ ਕਰਨਾ, ਜਿਹੜਾ ਤੁਹਾਨੂੰ ਸਾਰੀਆਂ ਐਕਸਰਸਾਈਜ਼ ਦੱਸਾਂਗਾ ਜਿਹਦੇ ਨਾਲ ਘਰ ਬੈਠੇ ਤੁਸੀਂ ਆਪਣੀ ਬੋਡੀ ਬਣਾ ਸਕਦੇ ਹੋ। ਅਤੇ ਗਾਈਜ਼ ਕੋਈ ਵੀ ਬੰਦਾ ਜਿਹੜਾ ਬੋਲਦਾ ਕਿ ਮੇਰੀ ਬੋਡੀ ਨਹੀਂ ਬਣ ਸਕਦੀ, ਕੋਈ ਵੀ ਬੰਦਾ ਗਾਈਜ਼ ਬੋਲਦਾ ਕਿ ਮੇਰੀ ਬੋਡੀ ਨਹੀਂ ਬਣ ਸਕਦੀ, ਹਰ ਇੱਕ ਬੰਦਾ ਬੋਡੀ ਬਣਾ ਸਕਦਾ। ਡਾਇਟ ਖਾਏ ਬਸ, ਦੁੱਧ ਦਹੀਂ ਆਪਣੇ ਘਰ ਦਾ ਮੱਖਣ ਮੁੱਖਣ ਜੋ ਵੀ ਹੈ ਪੀਏ, ਅਤੇ ਬਸ ਬੰਦੇ ਦੀ ਸਿਹਤ ਸੂਝ ਬਣ ਜਾਂਦੀ ਹੈ ਗਾਈਜ਼। ਜੋ ਵੀ ਬੋਲਦਾ ਕਿ ਇਹ ਮੇਰੀ ਸਿਹਤ ਨਹੀਂ ਬਣਦੀ ਹੈ ਗਾਈਜ਼, ਉਹਨੂੰ ਇਹੀ ਹੈ ਕਿ ਵਰਕਆਊਟ ਕਰੋ, ਅਤੇ ਆਪਣਾ ਦੇਸੀ ਜਿਹੜੀਆਂ ਵੀ ਆਪਣੀ ਐਕਸਰਸਾਈਜ਼ ਹੈ ਗਾਈਜ਼। ਅਸੀਂ ਪੁੱਜ ਗਏ ਹਾਂ ਆਪਣੇ ਵਰਕਆਊਟ 'ਤੇ ਗਾਈਜ਼, ਅੱਜ ਤੁਹਾਨੂੰ ਦੱਸਾਂਗੇ ਵਰਕਆਊਟ ਕਿਸ ਤਰ੍ਹਾਂ ਕੀਤਾ ਜਾਂਦਾ ਹੈ, ਕੋਈ ਵੀ ਬੰਦਾ ਮੋਟਾ ਕਿਸ ਤਰ੍ਹਾਂ ਹੋਈ ਜਾਂਦਾ ਹੈ, ਫਿਟਨੈਸ ਮਤਲਬ ਆਪਣੀ ਕਿਸ ਤਰ੍ਹਾਂ ਬਣਾਉਂਦੇ ਨੇ ਗਾਈਜ਼, ਮੈਂ ਤੁਹਾਨੂੰ ਸਾਰੀ ਦੱਸਾਂਗਾ ਵੀਡੀਓ 'ਚ। ਗਾਈਜ਼ ਇਹ ਦੋ ਇੱਟਾਂ ਲੈ ਲੈਣੀਆਂ ਗਾਈਜ਼, ਜਿਹੜਾ ਬੰਦਾ ਕਹਿੰਦਾ ਕਿ ਮੈਂ ਜਿਮ ਜ਼ਰੂਰ ਜਾਣਾ ਚਾਹੁੰਦਾ ਗਾਈਜ਼, ਇਹ ਇੱਟਾਂ ਖੜੀਆਂ ਰੱਖ ਕੇ ਐਕਸਰਸਾਈਜ਼ ਕਰਨ ਨਾਲ ਮਤਲਬ ਪੂਰੀ ਬੋਡੀ ਸਹੀ ਠੀਕ ਠਾਕ ਹੁੰਦੀ ਹੈ ਗਾਈਜ਼। ਇਹ ਦੇਖੋ ਇਹ ਥੋੜ੍ਹਾ ਮੈਂ ਪਿੱਛੇ ਕਰਕੇ ਦੱਸਣਾ ਤੁਹਾਨੂੰ, ਇਹ ਗਾਈਜ਼ ਦੋ ਤਿੰਨ ਚਾਰ ਛੇ ਸੱਤ ਅੱਠ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਗਾਈਜ਼ ਗਾਈਜ਼ ਇਹ ਜਿਹੜੇ ਮੈਂ ਡੰਡ ਮਾਰੇ ਨਾ ਗਾਈਜ਼, ਇਹਨਾਂ ਨੂੰ ਘੱਟ ਤੋਂ ਘੱਟ ਰੋਜ਼ ਦੇ ਬੰਦਾ ਪੰਜ ਵਾਰੀ ਮਾਰ ਲਏ ਸੈੱਟ, ਪੰਜ ਸੈੱਟ 15 ਦੇ। ਅਤੇ ਗਾਈਜ਼ ਇਹ ਮਾਰਨ ਨਾਲ ਬਾਡੀ ਸ਼ੋਲਡਰ ਸ਼ੁਲਡਰ ਜੋ ਵੀ ਹੈ ਡੋਲੇ ਮਸਲ ਮੁਸਲ ਸਾਰੇ ਬਣਦੇ ਆ ਗਾਈਜ਼। ਜਿਹੜਾ ਮੇਰਾ ਭੈਣ ਭਰਾ ਨੂੰ ਨਹੀਂ ਪਤਾ ਇਹ ਵੀ ਮਾਰ ਕੇ ਦੇਖ ਲਏ, ਕਿ ਤਿੰਨ ਦਿਨ ਦੋ ਤਿੰਨ ਦਿਨ ਹਫ਼ਤੇ ਵਿੱਚ ਪੂਰਾ ਫਰਕ ਪਏਗਾ ਗਾਈਜ਼। ਹੁਣ ਅਸੀਂ ਤੁਹਾਨੂੰ ਦੱਸਦੇ ਇਹ ਇੱਟਾਂ ਨੂੰ ਪੁੱਠੀ ਕਰਕੇ ਨਾ ਇਸ ਤਰ੍ਹਾਂ ਗਾਈਜ਼ ਇਤਰਾ ਡੰਡ ਮਾਰਦੇ ਗਾਈਜ਼ ਗਾਈਜ਼ ਇਹ ਸਪਾਟੇ ਬੋਲਦੇ ਆ ਗਾਈਜ਼, ਇਹ ਬਿਲਕੁਲ ਫਿਟਨੈਸ ਹੋਣ ਵਾਸਤੇ ਹੁੰਦੇ ਆ। ਜਿਸ ਭੈਣ ਭਰਾ ਦੀ ਲੱਤਾਂ ਬਾਹਾਂ ਕਮਜ਼ੋਰ ਹੈ, ਘਿਓ ਖਾਏ, ਦੁੱਧ ਪੀਏ, ਚਨੇ ਖਾਏ, ਕਾਲੇ ਚਨੇ ਹੋ ਗਏ, ਗੁੜ ਹੋ ਗਿਆ, ਅਤੇ ਗਾਈਜ਼ ਅਤੇ ਇੱਕ ਕਾੜਾ ਬਣਾ ਕੇ ਪੀਏ ਦੁੱਧ ਦਾ ਗਾਈਜ਼ ਦੇਖੋ।
ਗਾਈਜ਼ ਇਹ ਆ ਸਪਾਟੇ, ਗਾਈਜ਼ ਇਹ ਮਾਰਨੇ ਸਪਾਟੇ, ਇਹਦੇ ਨਾਲ ਬੰਦਾ ਕਮਜ਼ੋਰ ਵੀ ਤਕੜਾ ਹੁੰਦਾ ਗਾਈਜ਼। ਦੇਖੋ ਮੈਂ ਸ਼ੁਰੂ ਕਰ ਲਵਾਂਗਾ ਸਪਾਟੇ ਮਾਰਨਾ, ਅਤੇ ਦੇਖਿਓ ਧਿਆਨ ਨਾਲ, ਇਹ ਵੀ 15-20 ਮਾਰਨੇ ਨੇ ਗਾਈਜ਼। ਗਾਈਸ ਇਹ ਛਪਾਟੇ ਨਾਲ ਮਤਲਬ ਦੀ ਪੂਰਾ ਸਰੀਰ ਮਤਲਬ ਮੇਨਟੇਨ ਰਹਿੰਦਾ, ਇਹਦੇ ਨਾਲ ਬੰਦਾ ਪੂਰਾ ਸਰੀਰ ਫਿਟਨੈਸ, ਸਾਰੀ ਪੂਰੀ ਬਾਡੀ ਦਾ ਐਕਸਰਸਾਈਜ਼ ਆ ਗਾਈਸ, ਇਹ ਜ਼ਰੂਰ ਕਰਨੀ। ਇੱਕ ਗਾਈਸ ਸਿਰਫ ਇੱਕ ਛਾਤੀ ਸ਼ੋਲਡਰ ਅਤੇ ਵਾਸਤੇ ਇੱਕ ਵੀ ਐਕਸਰਸਾਈਜ਼ ਜ਼ਰੂਰ ਕਰਨੀ। ਗਾਈਜ਼ ਇਹ ਦੋਨੋਂ ਸੈੱਟ 15-15, 20-20 ਦੇ ਲਾਣੇ ਨੇ ਅਤੇ 5 ਵਾਰੀ ਲਾਣੇ ਗਾਈਜ਼। ਦੇਖੋ ਬਾਡੀ ਬਣਦੀ ਨਹੀਂ ਗਾਈਜ਼। ਡਾਇਟ ਜ਼ਰੂਰ ਖਾਣੀ ਹੈ ਕਿ ਇਹਦੇ ਨਾਲ ਘਿਓ ਦੁੱਧ ਜ਼ਰੂਰ ਖਾਣਾ ਪੀਣਾ, ਠੀਕ ਹੈ ਗਾਈਜ਼। ਅਤੇ ਹੋਰ ਗਾਈਜ਼ ਹੋਰ ਵੀ ਤੁਹਾਨੂੰ ਦੱਸਾਂਗਾ ਵੀਡੀਓ, ਅਤੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਕਰਨਾ, ਅੱਗੇ ਅੱਗੇ ਹੋਰ ਦੇਖਣ ਵਾਸਤੇ ਦੇਸੀ ਵਰਕਆਊਟ ਦੀ ਵੀਡੀਓ, ਅਤੇ ਤੁਹਾਨੂੰ ਹੋਰ ਵੀ ਦੱਸਾਂਗਾ। ਅਤੇ ਗਾਈਜ਼ ਮੇਰੀ ਵੀਡੀਓ ਲਾਈਕ ਕਮੈਂਟ ਕਰਿਓ।